ਤੇ ਵਕਫੇ ਤੋਂ ਬਾਅਦ ਸਵਾਗਤ ਹੈ ਜੀ ਵਿਚਾਰ ਵਟਾਂਦਰਾ। ਅੱਜ ਅਸੀਂ ਮੁੱਦੇ ਦੇ ਵਿੱਚ ਕਰਨ ਜਾ ਰਹੇ ਹਾਂ ਪੰਜਾਬ ਦੀ ਸਿਆਸਤ ਨੂੰ ਲੈ ਕੇ, ਕਿਸ ਦਿਸ਼ਾ ਵੱਲ ਵਧ ਰਹੀ ਹੈ ਪੰਜਾਬ ਦੀ ਸਿਆਸਤ ਔਰ ਕਿਹੜੇ ਕਿਹੜੇ ਸਮੀਕਰਨ ਉੱਥੇ ਵੇਖਣ ਨੂੰ ਮਿਲ ਰਹੇ ਹਨ, ਔਰ ਸਿਆਸੀ ਹਵਾਵਾਂ ਦੇ ਵਿੱਚ ਕੀ ਕੁਝ ਪੈਗਾਮ ਜਿਹੜਾ ਉਹ ਲੋਕਾਂ ਦੇ ਲਈ ਆ ਰਿਹਾ। ਆਖਿਰਕਾਰ ਗੱਲ ਹੋ ਰਹੀ ਹੈ ਲੋਕਾਂ ਦੇ ਮੁੱਦਿਆਂ ਦੇ ਉੱਤੇ ਜਾਂ ਸਿਰਫ ਸਿਆਸਤ ਭਗਦੀ ਹੋਈ ਪੰਜਾਬ ਦੇ ਵਿੱਚ ਨਜ਼ਰ ਆ ਰਹੀ ਹੈ। ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਦੇ ਦੇ ਵਿੱਚ ਨਵੀਨ ਸ਼ਰਮਾ ਜੀ ਤੋਂ। ਸਭ ਤੋਂ ਪਹਿਲਾਂ ਸਵਾਲ ਨਵੀਨ ਸ਼ਰਮਾ ਜੀ ਤੁਹਾਡੇ ਤੋਂ ਇਹੀ ਕਿ ਆਪਾਂ ਬਹੁਤ ਵਾਰੀ ਵਿਚਾਰ ਵਟਾਂਦਰਾ ਕਰ ਲਿਆ, ਚਾਹੇ ਉਹ ਬੇਦਬੀ ਦੇ ਮਾਮਲੇ ਹੋਣ, ਚਾਹੇ ਮਾਮਲਾ ਪੰਜਾਬ ਦੇ ਸਮੀਕਰਨ ਨੂੰ ਲੈ ਕੇ ਹੋਏ, ਸਿਆਸਤ ਦੀ ਪੰਜਾਬ ਦੇ ਵਿਧਾਨ ਸਭਾ ਇਜਲਾਸ ਨੂੰ ਲੈ ਕੇ ਹੋਏ। ਹੁਣ ਜਿਹੜੀ ਹਾਲ ਫਿਲਹਾਲ ਦੇ ਵਿੱਚ ਕੁਰਸੀਆਂ ਚੱਲ ਰਹੀਆਂ ਇੱਕ ਦੂਜੇ ਦੇ ਉੱਤੇ, ਤੁਸੀਂ ਵੇਖਿਆ ਹੋਣਾ ਅਤੇ ਕਿਸ ਦਿਸ਼ਾ ਵੱਲ ਵੇਖ ਰਹੇ ਹੋ ਤੁਸੀਂ ਸਿਆਸਤ ਨੂੰ? ਦੇਖੋ ਇਸ ਤਰ੍ਹਾਂ ਹਰਕੀਰਤ, ਇਹ ਜਿਹੜੀਆਂ ਪੰਚਾਇਤ ਚੋਣਾਂ ਔਰ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਆ ਰਹੀਆਂ, ਇਹਨੂੰ ਲੈ ਕੇ ਪੋਲੀਟੀਕਲ ਮਾਹੌਲ ਤਾਂ ਬਣਿਆ ਹੀ ਹੋਇਆ। ਉਹਦੇ ਵਿੱਚ ਜਿਹੜੇ ਪਿਛਲੇ ਇੱਕ ਦੋ ਤਿੰਨ ਦਿਨ ਤੋਂ ਜਿਹੜੀਆਂ ਇੰਸੀਡੈਂਟਸ ਹੋ ਰਹੀਆਂ ਉਹਨਾਂ ਨੇ ਵੀ ਮਾਹੌਲ ਨੂੰ ਕਾਫੀ ਗਰਮ ਕਰ ਦਿੱਤਾ ਜੀ। ਇੱਕ ਇਹ ਆਰੋਪ ਲੱਗ ਰਿਹਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਔਰ ਜਿਹੜੇ ਉਹਨਾਂ ਦੇ ਕਾਰਕੁਨ ਨੇ, ਉਹ ਇਹ ਆਰੋਪ ਲਗਾਉਂਦੇ ਨੇ ਕਿ ਜਦੋਂ ਸਾਡੇ ਮਤਲਬ ਉਮੀਦਵਾਰ ਗਏ ਨੋਮੀਨੇਸ਼ਨ ਭਰਨ ਵਾਸਤੇ, ਉਹਨਾਂ ਨੂੰ ਨੋਮੀਨੇਸ਼ਨ ਨਹੀਂ ਭਰਨ ਦਿੱਤੇ। ਕਾਂਗਰਸ ਦੇ ਆਪਣੇ ਆਪਣੇ ਉਮੀਦਵਾਰਾਂ ਦੇ ਤਾਂ ਸਭ ਦੇ ਨੋਮੀਨੇਸ਼ਨ ਕਰਾ ਲਏ, ਜਦੋਂ ਸਾਡੀ ਪਾਰਟੀ ਦੇ ਬੰਦੇ, ਜਦੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਬੰਦੇ ਜਾ ਰਹੇ ਸੀ ਤਾਂ ਉਹਨਾਂ ਨਾਲ ਧੱਕੇਸ਼ਾਹੀ ਕੀਤੀ, ਸਰਕਾਰੀ ਅਮਲੇ ਦਾ ਇਸਤੇਮਾਲ ਹੋਇਆ ਔਰ ਇਹ ਸਭ ਕਰਕੇ ਉਹਨਾਂ ਨੂੰ ਕਿਸੇ ਤਰ੍ਹਾਂ ਨਹੀਂ ਪਰਚੇ ਭਰਨ ਦਿੱਤੇ ਗਏ। ਇਹਦੇ ਚੱਕਰ 'ਚ ਤਰਨ ਤਾਰਨ 'ਚ ਕਾਫੀ ਮਤਲਬ ਵਾਇਲੈਂਸ ਹੋਈ, ਧਰਮਕੋਟ 'ਚ ਹੋਈ, ਹੁਣ ਕੱਲ੍ਹ ਗੁਰਦਾਸਪੁਰ ਦੇ ਵਿੱਚ ਵੀ ਕੀ ਹੋਇਆ ਕਿ ਜਿਹੜੇ ਉੱਥੇ ਦੇ ਬੱਬੇ ਹਾਲੀ ਜਿਹੜੇ ਫਾਰਮਰ ਇਹਨਾਂ ਦੇ ਸੀਨੀਅਰ ਨੇਤਾ ਵੀ ਨੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੇ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਫਤਿਹਗੜ੍ਹ ਚੂੜੀਆਂ ਗੁਰਦਾਸਪੁਰ 'ਤੇ ਕਿਹਾ ਜੀ ਅਸੀਂ ਇਹਨਾਂ ਤਿੰਨ ਦੇ ਵਿੱਚ ਬਲਾਕ ਸਮਿਤੀਆਂ ਦੇ ਵਿੱਚ ਆਪਣੇ ਉਮੀਦਵਾਰ ਖੜ੍ਹੇ ਹੀ ਨਹੀਂ ਕਰਾਂਗੇ, ਨਾ ਸਾਡੇ ਅਸੀਂ ਚੋਣਾਂ ਲੜਨੀਆਂ ਹੀ ਨਹੀਂ ਕਿਉਂਕਿ ਸਾਡੇ ਉਮੀਦਵਾਰਾਂ ਨੂੰ ਪਰਚੇ ਨਹੀਂ ਭਰਨ ਦਿੱਤੇ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਵਾਲੇ ਜਿੱਥੇ ਜਿੱਥੇ ਆਪਣੀ ਹਾਰ ਦਾ ਡਰ ਸੀਗਾ ਉੱਥੇ ਉਹਨਾਂ ਨੇ ਧੱਕੇਸ਼ਾਹੀ ਕੀਤੀ ਆ। ਅਤੇ ਇੱਕ ਜਿਹੜੀ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਹਮੇਸ਼ਾ ਗੋਲੀਆਂ ਚੱਲਦੀਆਂ, ਕੁਰਸੀਆਂ ਚੱਲਦੀਆਂ, ਇਹ ਤੁਸੀਂ ਹੁਣ ਅੰਦਾਜ਼ਾ ਲਗਾਓ ਕਿ ਪੰਜਾਬ ਦੀ ਪੋਲੀਟਿਕਸ ਕਿਹੜੇ ਲੈਵਲ 'ਤੇ ਆ ਗਈ ਹੈ ਕਿ ਜ਼ਿਲ੍ਹਾ ਸਮਿਤੀਆਂ ਦੀਆਂ, ਪੰਚਾਇਤਾਂ ਦੀਆਂ ਚੋਣਾਂ ਦੇ ਵਿੱਚ ਵੀ ਗੋਲੀਆਂ ਚੱਲ ਰਹੀਆਂ। ਇੱਕ ਜਗ੍ਹਾ ਫਾਇਰਿੰਗ ਹੋ ਗਈ, ਉਸ ਤੋਂ ਬਾਅਦ ਆਂਸੂ ਗੈਸ ਦੇ ਗੋਲੇ ਛੱਡੇ ਗਏ ਧਰਮਕੋਟ ਦੇ ਵਿੱਚ, ਅਥਰੂ ਗੈਸ ਦੇ ਗੋਲੇ ਛੱਡੇ ਗਏ, ਔਰ ਗੁਰਦਾਸਪੁਰ ਦੇ ਵਿੱਚ ਜਿਹੜੀ ਫੁਟੇਜ ਆ ਰਹੀ ਹੈ, ਜਿਹੜੀ ਤਸਵੀਰਾਂ ਆਈਆਂ ਉਹਦੇ ਵਿੱਚ ਤਾਂ ਉਹ ਕੁਰਸੀਆਂ ਲੈ ਕੇ ਇੱਕ ਦੂਜੇ ਦੇ ਪਿੱਛੇ ਭੱਜੇ ਨੇ। ਅਤੇ ਤੁਸੀਂ ਅੰਦਾਜ਼ਾ ਲਗਾਓ ਕਿ ਹਾਓ ਪੋਲੀਟਿਕਸ ਇਜ਼ ਗੈਟਿੰਗ ਪਾਵਰ ਹੰਗਰੀ। ਹਰ ਕੋਈ ਆਦਮੀ ਉਹਨੂੰ ਜ਼ਿਲ੍ਹਾ ਪਰਿਸ਼ਦ ਨੂੰ ਔਰ ਪੰਚਾਇਤਾਂ ਨੂੰ ਕਬਜ਼ਾ ਕਰਨਾ ਚਾਹੁੰਦਾ ਹੈ। ਹੁਣ ਇਹ ਕਿਸੇ ਦੀ ਕੀ ਕਮਜ਼ੋਰੀ ਹੈ, ਕਿਸੇ ਦਾ ਕੀ ਹੈ, ਹੁਣ ਉਹ ਇੱਕ ਬਹਾਨੇਬਾਜ਼ੀ ਹੈ, ਬਲੇਮ ਗੇਮ ਹੈ ਕਿ ਜੀ ਸਾਨੂੰ ਇਹ ਨਹੀਂ ਕਰਨ ਦਿੱਤਾ, ਸਾਨੂੰ ਉਹ ਨਹੀਂ ਕਰਨ ਦਿੱਤਾ, ਦਿਸ ਇਜ਼ ਆਲ ਇਜ਼ ਹੈਪਨਿੰਗ। ਔਰ ਇਹਦੇ ਨਾਲ ਇਹ ਵੀ ਕਿ ਜਿਹੜੀ ਅਨਰੈਸਟ ਚੱਲ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਉਹਦੇ ਵਿੱਚ ਜਿਹੜੇ ਕਈ ਲੀਡਰਸ ਨੇ ਜਿਹੜੇ ਉਹਨਾਂ ਨੇ ਵੀ ਕੁਛ ਆਵਾਜ਼ ਉਠਾਉਣੀ ਸ਼ੁਰੂ ਕੀਤੀ, ਲੇਕਿਨ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕੈਂਪੇਨ ਪ੍ਰੋਸੀਜਰ ਸੀਗਾ ਅਕਾਲੀ, ਇਹਨੂੰ ਲੈ ਕੇ ਬੇਅਦਬੀ ਦਾ ਮਾਮਲਾ ਸੀ ਜਿਹੜਾ ਉਹ ਹੁਣ ਪੂਰਾ ਭਖਿਆ ਪਿਆ। ਮੈਂ ਦਰਸ਼ਕਾਂ ਨੂੰ ਇੱਥੇ ਜ਼ਰੂਰ ਦੱਸ ਦੇਵਾਂ ਕਿ SIT ਦਾ ਜਿਹੜਾ ਗਠਨ ਕਰਨ ਦੀ ਗੱਲ ਕੀਤੀ ਸੀਗੀ ਉਹ ਗਠਨ ਹਾਲ ਫਿਲਹਾਲ ਦੇ ਵਿੱਚ ਹੋ ਗਈ ਹੈ ਟੀਮ, ਅਤੇ ਜਿਹੜੇ ਜਨਤਕ ਕਰ ਦਿੱਤੇ ਗਏ ਹਨ ਆਫਿਸਰ ਦੇ ਨਾਂ ਵੀ ਜਿਹੜੀ ਇਸ ਟੀਮ ਦੇ ਉੱਤੇ ਜਿਹਨਾਂ ਨੂੰ ਨਿਯੁਕਤ ਕੀਤਾ ਗਿਆ ਹੈ। ਅਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੇਖਿਆ ਜਾਏਗਾ ਕੀ ਜਿਹੜੀ ਤਸਵੀਰ ਹੈ ਬੇਅਦਬੀ ਮਾਮਲੇ ਨੂੰ ਲੈ ਕੇ ਹੁਣ, ਕਿਉਂਕਿ ਹਾਲ ਫਿਲਹਾਲ ਦੇ ਵਿੱਚ ਜਿਹੜੀ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਸਾਹਮਣੇ ਆਈ ਸੀਗੀ ਤਾਂ ਉਹਦਾ ਬਾਈਕਾਟ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੀਤਾ ਗਿਆ ਸੀਗਾ, ਲੇਕਿਨ ਹੁਣ SIT ਕੀ ਨਵੀਂ ਚੀਜ਼ ਲੈ ਕੇ ਆਉਂਦੀ ਹੈ ਜਾਂ ਫਿਰ ਕੋਈ ਨਵੀਂ ਇਨਵੈਸਟੀਗੇਸ਼ਨ ਸਾਹਮਣੇ ਲੈ ਕੇ ਆਉਂਦੀ ਹੈ, ਘਿਰਦੀ ਹੋਈ ਹਾਲ ਫਿਲਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਹੈ ਉਹ ਬੈਕਫੁੱਟ ਦੇ ਵਿੱਚ ਨਜ਼ਰ ਤਾਂ ਆ ਰਹੀ ਹੈ ਮੀਡੀਆ ਦੇ ਹਿਸਾਬ ਨਾਲ, ਲੇਕਿਨ ਹੁਣ ਕਹਿਣਾ ਇਹ ਵੀ ਲਾਜ਼ਮੀ ਬਣੇਗਾ ਜਾਂ ਹੋਏਗਾ ਕਿ ਜਦ SIT ਦਾ ਹੁਣ ਜਿਹੜਾ ਗਠਨ ਕੀਤਾ ਗਿਆ ਹੈ, ਰਾਜਨੀਤੀ ਦੀ ਧੁੰਦਲੀ ਪਈ ਹੈ ਤਸਵੀਰ, ਬੇਅਦਬੀ ਮਾਮਲਿਆਂ ਦੀ ਧੁੰਦਲੀ ਪਈ ਹੈ ਤਸਵੀਰ, ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਿਸ ਗੱਲ ਦੇ ਵੱਲ ਔਰ ਕਿਹੜੀ ਸਿਆਸਤ ਦੇ ਵੱਲ ਔਰ ਜਾਂ ਫਿਰ ਕਿਹੜੇ ਆਰੋਪਾਂ ਦੇ ਵੱਲ ਲੈ ਕੇ ਜਾਏਗੀ? ਲੇਕਿਨ ਹਾਲ ਫਿਲਹਾਲ ਦੇ ਵਿੱਚ ਤੁਸੀਂ ਇਹ ਜ਼ਰੂਰ ਵੇਖੋ ਕਿ ਪੰਚਾਇਤੀ ਚੋਣਾਂ ਹਨ ਔਰ ਉਸ ਤੋਂ ਪਹਿਲਾਂ ਕਾਂਗਰਸ ਨੇ SIT ਦਾ ਗਠਨ ਕੀਤਾ, ਔਰ ਟਾਈਮਿੰਗ ਦੀ ਜਿਹੜੀ ਗੱਲ ਹੈ ਕਿ ਪੰਚਾਇਤੀ ਚੋਣਾਂ ਦੇ ਵਿੱਚ ਲੋਕਾਂ ਦਾ ਜਿਹੜਾ ਆਪਾਂ ਜ਼ਹਿਨ ਕਹਿ ਲਈਏ, ਲੋਕਾਂ ਦਾ ਜਿਹੜਾ ਧਿਆਨ ਕਹਿ ਲਈਏ, ਉਹ ਉਸ ਪਾਸੇ ਵੱਲ ਮੋੜ ਦਈਏ ਕਿ ਹਾਂ ਕਾਂਗਰਸ ਵਾਕਿਆ ਹੀ ਵਚਨਬੰਧ ਹਨ। ਕਿ ਤੁਹਾਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਹ ਟੈਕਨੀਕ ਹੋ ਸਕਦੀ ਹੈ ਕਿ ਪੰਚਾਇਤੀ ਚੋਣਾਂ ਹਨ ਉਸ ਤੋਂ ਪਹਿਲਾਂ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਸਭ ਤੋਂ ਬੈਸਟ ਹੈ ਕਿ SIT ਦਾ ਜਿਹੜਾ ਗਠਨ ਹੈ ਹਾਲ ਫਿਲਹਾਲ ਦੇ ਵਿੱਚ ਇੱਕ ਹਫ਼ਤਾ ਪਹਿਲਾਂ ਹੀ ਕਰ ਦਿਉ, 19 ਤਰੀਕ ਤੋਂ ਪਹਿਲਾਂ, ਯਾਨੀ ਕਿ ਅੱਜ ਕਰ ਦਿਉ। ਦੇਖੋ ਉਹਦੇ 'ਚ ਐਵੇਂ ਕਿ ਇਲੈਕਸ਼ਨ ਆਉਣ ਵਾਲੇ ਨੇ ਪੰਚਾਇਤ ਚੋਣਾਂ ਦੇ, 28 ਅਗਸਤ ਤੋਂ ਜਦੋਂ ਅਸੈਂਬਲੀ ਖਤਮ ਹੋਈ ਚੰਡੀਗੜ੍ਹ 'ਚ, ਉਦੋਂ ਲਾਸਟ ਦਿਨ 'ਚ ਸ਼੍ਰੀ ਇਹਨਾਂ ਨੇ ਕਿਹਾ ਸੀ ਕਿ ਅਸੀਂ SIT ਬਣਾਵਾਂਗੇ, ਉਹਦਾ ਹੁਣ ਐਲਾਨ ਜਿਹੜਾ ਸੀ ਕੱਲ੍ਹ ਕੀਤਾ ਗਿਆ, ਕੱਲ੍ਹ ਦੀ ਤਰੀਕ 'ਚ। ਔਰ ਇਹ ਵੀ ਖਬਰ ਆਈ ਹੈ ਕਿ ਜਿਹੜੇ ਵੀ SIT ਦੇ ਵਿੱਚ ਅਫਸਰ ਚੁਣੇ ਗਏ ਨੇ ਉਹਨੇ ਸਾਰੇ ਕਾਬਿਲ ਅਫਸਰ ਨੇ, ਔਰ ਉਹਨਾਂ ਨੂੰ CM ਕੈਪਟਨ ਅਮਰਿੰਦਰ ਸਿੰਘ ਨੇ ਹੈਂਡ ਪਿੱਕ ਕੀਤਾ ਵਿਦ ਕੰਸਲਟੇਸ਼ਨ ਆਫ DGP ਸੁਰੇਸ਼ ਅਰੋੜਾ, ਉਹਨਾਂ ਦੇ ਨਾਲ ਗੱਲ ਕਰਕੇ ਉਹਨਾਂ ਨੇ ਸਾਰੇ ਹੈਂਡ ਪਿੱਕ ਕੀਤੇ। ਜਿਹੜੇ ਪ੍ਰਬੋਧ ਕੁਮਾਰ ਨੇ ਉਹ 1988 ਬੈਚ ਦਾ ਸੀਨੀਅਰ ਅਫਸਰ ਨੇ,
काफ़ी अच्छी इमेज है। एक इन्हों का ब्यूरो ऑफ इनवैसटीगेशन डिपार्टमेंट हूँ पंजाब पुलिस का, वो हैड ने एंड ही हैज़ वर्कड इन CBI ऑलसो, तो उन्होंने एक ट्रैक रिकॉर्ड बड़ा अच्छा एंड इज़ वेरी काबिल अफसर। एक कुंवर विजय प्रताप सिंह ने, जो होर भी दूजे बड़े अरुणपाल सिंह ने, सारे अफसर उन्होंने हैंडपिक रखे है। और हाले यह भी है कि SIT का जो विस्तार हो सकता, SIT के होर भी अफसर आ सकते हैं। हूँ जी पंजाब सरकार की जी उन्होंने एक स्ट्रैटेजी बनाई है कि हूँ SIT जी भी रिपोर्ट देगी उन्होंने अगे कोर्ट च पेश किया जाएगा और जोड़े भी गिल्टी ने बेअदबी के मामले उन्होंने बुक करने की कोशिश की जाएगा। देखो पंजाब जी सरकार है उन्हें की किया है बेअदबी के मामले पर जस्टिस रणजीत सिंह कमीशन जोड़े से रिटायर्ड उन्होंने लैके पोलीटल माइलेज लैन की कोशिश तो की। दूसरा मैं यह लग रहा है कि हूँ इलैक्शन आ गए, इलैक्शन तो ठीक पहला कैप्टन अमरिंदर सिंह और जी पंजाब कांग्रेस है कोई भी कसर डिमोरलाइज कर नहीं छोड़ रही कि किसी न किसी तरीके पार्टी श्रोमणी अकाली दल में लीडरशिप और ये कारकुनों इन जे आगू ने उन्होंने डिमोरलाइज किया जाए और डिमोरलाइज कर मैसेज जनता तक भी चला जाए। टाइमिंग है, हर चीज़ की टाइमिंग है। असैम्बली के इलैक्शन तो पहला CBI तो केस वापस ले ले पंजाब पुलिस की और इलैक्शन तो ठीक पहला SIT भी बनाती। हूँ अपना तो फर्ज पूरा हो गया कि जी लोग पहला सवाल चुक रहे थे जी इन्ने दिन हो गए तुम्हें SIT क्यों नहीं बनाई। हूँ एक नोटिफिकेशन बकायदा जारी करके CBI तो केस वापस ले गए हैं, CBI तो केस वापस लैके हूँ पंजाब पुलिस ही यदि करेगी। और एक कैप्टन अमरिंदर सिंह ने एक होर लॉजिक दिता, उन्होंने कहा कि CBI तो असं केस वापस क्यों ले, क्योंकि CBI कि अंडर है सेंट्रल गौरमेंट के अंडर, सेंट्रल गौरमेंट कौन है BJP कौन है भाईवाल पार्टी श्रोमणी अकाली दल की। तो एक खदशा जाहिर किया, शक जाहिर किया कैप्टन अमरिंदर सिंह ने कि अगर CBI इस मामले की इंक्वायरी करती है तो सच्चाई सामने नहीं आ सकती, क्योंकि CBI का कंट्रोल सेंट्रल गौरमेंट के कोल है, सेंट्रल गौरमेंट BJP है, BJP श्रोमणी अकाली दल के उत्ते कभी भी कुछ आँच नहीं आन देगी। इस वास्ते जी मीडिया रिपोर्ट दस दिया हैं कि हूँ श्रोमणी अकाली दल बादल जी है बैकफुट के नज़र आ रही है, कितने ना कितने घिरती हुई नज़र आ रही है। तुहानू लगता है कि हूँ आने वाले समय के पंचायती चोणों के उन्होंने खामियाजा जो भुगतना पै सकता। देखो एक चीज़ मैं एक कहना, बार बार असं क्लेम नहीं करते कौन जितेगा कौन हारेगा, बट असी पहला भी डिस्कस किया कि श्रोमणी अकाली दल की पैठ बड़ी अच्छी है रूरल लैवल के उत्ते पिंड के लैवल से, उन्होंने पार्टी की पकड़ मजबूत है, सारे जत्थेदारों उन्होंने अच्छी तरह करते हैं। लेकिन जो असी देख लग रहा है कि एक तर इस तरह ना पार्टी भावे एक्सैप्ट करे या ना करे डिमोरलाइज तो है। हूँ पिंडा दे विच जाके लोगों नू फेस करन दे विच भी प्रॉब्लम आएगी, जिन्ना खुल के सारे श्रोमणी अकाली दल दे वड्डे वड्डे आगू प्रचार कर सकते सी ओ उन्नी हिम्मत उन्ने खुल के प्रचार नहीं करनगे, अग्रेशन नाल नहीं करनगे। इहदा पार्टी नू खामियाजा भुगतना पै सकता है। दूसरा पंचायत इलैक्शन का जिला परिषद के जिहड़े हुंदे ने चुनाव जिला समितियां दे, वो हमेशा असीं देखदे आं कि जिहड़ी रूलिंग पार्टी हुंदी है उहदे उहदा पक्ष जांदा है और सरकारी अमले का इस्तेमाल हुंदा, पुलिस भी सपोर्ट करेगी, तो एक जो हुंदा पॉजिटिविटी जाएगी शायद कांग्रेस के कोल, और नैगेटिविटी का शिकार होना पै सकता है। एनी मैं कह रहा कि हो ही गए वो पैना सकता है कि बिकॉज श्रोमणी अकाली दल इज लिटल बिट डिमोरलाइज। डू यू थिंक आफ्टर दिस SIT विल दे गिव न्यू थिंग टू दिस केस? देखो हूँ एक चिस्ता तुम्हें क्या कि CBI तो लैके पंजाब पुलिस तो हूँ एक क्या जाएगा कि इनू भावें लंबा खिंचन का प्रोसैस समझ लो या ये पिछले जी सियासत है उन्होंने थोड़ा होर खिंचन की कोशिश हो रही है, लेकिन पंजाब सरकार और कैप्टन अमरिंदर सिंह इस केस में बड़ी अपने वह सेंसिटिविटी संजीदगी लै रहे हैं। वो किन्ने सेंसिटिव से पता लग गया जो रिपोर्ट ही लीक हो गई, लेकिन है कि वो ज़्यादा तो ज़्यादा इनू निचोड़ना चाहते हैं, ये जिन्ना रस निकल जाए जिन्ना वो करना चाहते वो कर रहे हैं। हूँ एवं कि पंजाब पुलिस के उत्ते पाता कि पंजाब पुलिस के अफसर ही अपने अफसर की और लभणगे जिम्मेवारी और उ लभणगे जी किन्ने आदेश दिते सी कि कौन जिम्मेदार सीगा, हुण उस प्रोब जिहड़े वो करनगे जिहड़ी भी जांच करनगे जिहड़ी भी तफतीश करनगे वो हुण SIT कमेटी की रिपोर्ट का इंतजार होएगा, उस तो बाद हुण अगे की चलता वो सियासत है। तुहानूं लगता है कि जिहड़े ऑफिसर जिन्हां नूं चुनिया गया वो पिछली बार वख वख जिलों के वख वख रैंकों के उत्ते रह चुके हैं, लेकिन वो श्रोमणी अकाली दल बादल यानी कि जब प्रकाश सिंह बादल होरां दी जब हकूमत होंदी सीगी तां ऑफिसर जिहड़े ने उस टाइम दे ऑफिसर सन, निरपक्ष तरीके नाल तुहानूं लगदा कि जांच होएगी क्योंकि उन्होंने अंदर भी कोई खदशा ना होएगी कल नूं ऐ सरकार आ गई तो मेरी ट्रांसफर तो लाजमी है और जां फिर मैनूं सस्पेंड भी कीता जा सकदा। असीं पंजाब पुलिस दे अफसरां दी इंटीग्रिटी ते सवाल नहीं चुक सकते क्योंकि IPS अफसर ने, उन्होंने तो हर सरकार के हर टेन्योर च रहना है, वो उस टाइम उन्होंने कोई होर रहा होगा, लेकिन जो टीम चुनी गई है उन्होंने बारे सारे जानते हैं कि दे आर नोन टू बी ऑनेस्ट ऑफिसर्स, प्रबोध कुमार, कुंवर विजय प्रताप, अरुणपाल, ए सारे दे आर ऑल ऑफिसर्स विद गुड रिप्यूट एंड वेरी डेकोरेटिड ऑफिसर, अच्छे ने सारे। बट हूँ है कि वो पुलिस हूँ एक्चुअली पुलिस अफसर भी कोई अपनी मर्जी नाल तो काम करते नहीं, उन्होंने उत्तों हुक्म आते हैं सारे
यू ऑलसो अंडरसटैंड जो फायरिंग भी हो जानी तद भी कोई हुक्म आया होना हूँ जी रिपोर्ट बननी है वह भी कोई हुक्म आएगा और जी एस आई टी हम गठन की गई है वह भी कोई हुक्म ही आया होने खैर हुक्म कि खैर आने वाला समा दसेगा लेकिन हाल फिलहाल जो तस्वीर इस टाइम पंजाब बनी हुई है और तस्वीर कितने ना कितने हजे कन्फ्यूजन क्रिएट कर रही है दुचित्ती इस करके पई हुई है कि आखिरकार जिहड़े समीकरण पंजाब दे विच पंचायती चोणां दे विच पहलां हुंदे सीगे इस बार जिहड़े समीकरण हन उह पंजाब दी सियासत दे विच पंजाब दे इतिहास दे विच कुछ होर बयान कर रहे हन करांगे इस उत्ते विचार वटांदरा इस ब्रेक तों उस पार।